ਤੇ ਮਗਰ ਕੀ ਫਿਰ ਥਣ ਫੜਨਾ ਹੈ ਮਗਰ ਕੀ ਫਿਰ ਥਣ ਫੜਨਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਹੈ ਜੀ ਵਧੀਆ ਜੀ ਕਿਵੇਂ ਤੁਸੀਂ ਬਹੁਤ ਗੁੱਡ ਕਿਵੇਂ ਚੱਲ ਰਿਹਾ ਫਿਲਮ ਦਾ ਮਾਹੌਲ ਬਹੁਤ ਵਧੀਆ ਅੱਜ ਪਹਿਲਾ ਦਿਨ ਹੈ ਹਾਂਜੀ ਤੇ ਬਾਬੇ ਬਾਈ ਨਾਲ ਮੇਰੀ ਦੂਜੀ ਫਿਲਮ ਹੈ ਜੀ ਜੀ ਪਹਿਲੀ ਅਸੀਂ ਕੀਤੀ ਸੀ ਤੂਫਾਨ ਸਿੰਘ ਜੀ ਉਹ ਬਹੁਤ ਮਜ਼ਾ ਲਿਆ ਸੀ ਤੇ ਇਹ ਤਾਂ ਹੈ ਹੀ ਫਿਲਮ ਹਾਂਜੀ ਹੋਰ ਮਜ਼ਿਆਂ ਵਾਲੀ ਬਿਲਕੁਲ ਜੀ ਜਦੋਂ ਤੁਹਾਡੇ ਕੋਲ ਸਟੋਰੀ ਆਈ ਤੁਹਾਨੂੰ ਕਿਵੇਂ ਲੱਗਿਆ ਕਿ ਇਹ ਫਿਲਮ ਕਰਨੀ ਚਾਹੀਦੀ ਹੈ ਨਹੀਂ ਸਟੋਰੀ ਆਈ ਹੋਈ ਨਹੀਂ ਇਧਰੋਂ ਮੈਨੂੰ ਤਾਂ ਆਰਡਰ ਆਉਂਦਾ ਹੁੰਦਾ ਮੈਨੂੰ ਬਾਈ ਕਹਿੰਦੇ ਲਿਆਓ ਵੀ ਲਿਸਟ ਇੱਕ ਜਿਹੜੇ ਆਪਣੇ ਡਾਇਰੈਕਟਰ ਸਾਹਿਬ ਹੈ ਮਨੀਸ਼ ਜੀ ਉਹ ਵਾਰਨਿੰਗ ਉਹਨਾਂ ਨੇ ਬਤੌਰ ਕੈਮਰਾਮੈਨ ਕੀਤੀ ਮੈਨੂੰ ਤਾਂ ਖੁਸ਼ੀ ਇੰਨੀ ਸੀ ਤੇ ਬਾਕੀ ਜਦੋਂ ਮੈਨੂੰ ਇੱਧਰੋਂ ਗੱਲ ਹੁੰਦੀ ਹੁੰਦੀ ਆ ਜਿੱਥੇ ਪਿਆਰ ਆ ਉਹ ਮੈਨੂੰ ਚਾਹੇ ਵੇਚਦੀ ਮੈਂ ਆਹੀ ਨਿਕਲ ਜਾਵੀ ਸਤਿ ਸ਼੍ਰੀ ਅਕਾਲ ਜੀ ਇੰਨਾ ਹੀ ਸੀਨ ਹੋਵੇ ਮੇਰਾ ਤੇ ਤੂੰ ਮੈਨੂੰ ਇਹ ਪੁੱਛ ਵੀ ਜਦੋਂ ਦੱਸਿਆ ਵੀ ਬਾਬਾ ਬਾਈ ਕਰਦਾ ਪਿਆ ਮੈਨੂੰ ਕਿੰਨਾ ਨਜ਼ਾਰਾ ਆਇਆ ਹੁਣ ਕਿਉਂਕਿ ਬਾਈ ਗੱਲਾਂ ਗੁੱਲਾਂ ਉਵੇਂ ਕਰਕੇ ਮੈਂ ਟੇਸ਼ਨ ਫਿਲਮ 'ਚ ਜਿਹੜਾ ਕੁੱਕੂ ਕੇ ਲੜਾ ਉਹ ਮੈਂ ਬਾਬੇ ਬਾਈ ਨੇ ਮੈਨੂੰ ਸੁਣਾਈ ਸੀ ਗੱਲ ਉਹਨੂੰ ਫੜ ਕੇ ਹੀ ਮੈਂ ਵਿੱਚ ਪਾਈ ਸੀ ਫਿਲਮ ਦੇ ਤੇ ਮਜ਼ਾ ਆਉਂਦਾ ਮੈਂ ਤਾਂ ਸਟੋਰੀ ਲੈ ਜਾਂਦਾ ਉਹਨਾਂ ਬਾਈ ਕੋਲੋਂ ਕੀ ਬਾਤ ਹੈ ਜੀ ਕਿਰਦਾਰ ਕਿਵੇਂ ਦਾ ਫਿਲਮ 'ਚ ਕਿਰਦਾਰ ਅੱਜ ਹੁਣ ਜ਼ੋਰ ਲੱਗੀ ਜਾਂਦਾ ਮੇਰਾ ਕਿਉਂਕਿ ਵਾਰਨਿੰਗ ਦਾ ਬਿਲਕੁਲ ਸਟਲ ਸੀਗਾ ਉਹ ਕਰੈਕਟਰ ਚੋਂ ਬਾਹਰ ਨਿਕਲ ਉਹਦਾ ਹਜੇ ਵੀ ਸ਼ੂਟ ਚੱਲਦਾ ਪਿਆ ਤੇ ਉਹਦੇ ਚੋਂ ਬਾਹਰ ਨਿਕਲਣ ਵਾਲਾ ਚੱਕਰ ਹੈ ਥੋੜਾ ਜ਼ੋਰ ਲੱਗਦਾ ਪਿਆ ਰੀਟੇਕ ਤੇ ਰੀਟੇਕ ਠਾ ਠਾ ਹੋ ਰਿਹਾ ਤੇ ਹੋ ਜਾਊਗਾ ਸੈੱਟ ਕੋਈ ਨੀ ਕਰ ਲਾਂਗੇ ਕਿੰਨਾ ਕੁ ਡਿਫਰੈਂਟ ਹੈ ਕਿਰਦਾਰ ਨਹੀਂ ਇਹ ਤਾਂ ਬਹੁਤ ਡਿਫਰੈਂਟ ਹੈ ਬਿਲਕੁਲ ਆਪੋਜ਼ਿਟ ਜੇ ਸਟਲ ਸੀਗਾ ਇਹ ਭੌਂਕਾ ਇੱਕ ਨੰਬਰ ਦਾ ਠੀਕ ਹੈ ਤੇ ਇੱਕ ਜਿਹੜਾ ਆਪਣਾ ਵਾਰਨਿੰਗ ਦਾ ਲਾਸਟ ਡਾਇਲੋਗ ਹੈ ਥਾਣਾ ਫੜਨਾ ਮਾੜਾ ਜਿਹਾ ਬੋਲਦੇ ਹੋ ਤੂੰ ਮੈਂ ਤੈਨੂੰ ਕਹੂੰਗਾ ਵੀ ਪਸਤੌਲ ਵਸੂਲ ਹੈਗਾ ਤੂੰ ਕਿ ਚੰਗਾ ਠੀਕ ਹੈ ਪਸਤੌਲ ਵਸੂਲ ਹੈਗਾ ਤੇ ਮਗਰ ਕੀ ਫਿਰ ਥਣ ਫੜਨਾ ਹੈ ਠੀਕ ਹੈ ਭਾਜੀ ਬੈਸਟ ਵਿਸ਼ ਸਾਡੇ ਵੱਲੋਂ ਸਾਰੀ ਟੀਮ ਵੱਲੋਂ ਤੇ ਇੱਦਾਂ ਹੀ ਤਰੱਕੀਆਂ ਕਰਦੇ ਰਹੋ ਅੱਗੇ ਵਧਦੇ ਰਹੋ ਹੰਬਲ ਮੋਸ਼ਨ ਪਿਕਚਰ ਥੈਂਕ ਯੂ ਵੀਰੇ ਥੈਂਕ ਯੂ ਕਿਹੜਾ ਤੁਹਾਡਾ ਚੈਨਲ ਸਾਡਾ ਚਸਕਾ ਟੀਵੀ ਜੀ ਅੱਛਾ ਚਸਕਾ ਟੀਵੀ ਮੁੰਡਾ ਬਹੁਤ ਸਹੀ ਹੈ ਪੂਰੇ ਚਸਕੇ ਲੈਂਦੇ ਚਸਕਾ ਟੀਵੀ ਸਾਡਾ ਕੰਮ ਹੈ ਜੀ ਚਸਕੇ ਲੈ ਚਲੋ ਠੀਕ ਹੈ ਮੈਂ ਅੱਗਾ ਖਾਣਾ ਹੈ ਕਹਿੰਦਾ ਚਲੋ ਠੀਕ ਹੈ ਜੀ ਠੀਕ ਹੈ ਬਾਜੀ ਓਕੇ ਵੀਰੇ ਥੈਂਕ ਯੂ ਜੀ ਬਹੁਤ ਚੰਗਾ ਤੇ ਇਹ ਤੁਸੀਂ ਫਿਲਮ ਸਾਡੇ ਦਰਸ਼ਕਾਂ ਨੂੰ ਕਦੋਂ ਸਿਨੇਮਾ ਘਰਾਂ 'ਚ ਦਿਖਾ ਰਹੇ ਹੋ ਉਹ ਤੁਸੀਂ ਪੋਸਟਰ ਤੇ ਦੇਖੋ ਜਿੱਦੇ ਅਨਾਉਂਸਮੈਂਟ ਪਾਈ ਉਦਾਂ ਹੀ ਡੇਟ ਲਿਖੀ ਹੋਈ ਹੈ ਨਹੀਂ ਫਿਰ ਵੀ ਥੋੜਾ ਬੋਲ ਕੇ ਦੱਸ ਦਿਓ ਹੁਣ ਮੇਰੇ ਧਿਆਨ 'ਚ ਨਹੀਂ ਮੇਰੇ ਵੀ ਧਿਆਨ 'ਚ ਨਹੀਂ ਤਾਂ ਹੀ ਤਾਂ ਮੈਂ ਪੁੱਛਿਆ ਸੀ ਕੋਈ ਨਹੀਂ ਕਦੋਂ ਆ ਬਾਈ ਆਪਣੀ ਹੈ ਜਲਦੀ ਹੋ ਜੂ ਜਲਦੀ ਹੋ ਜਲਦ ਆ ਰਿਹਾ ਹੈ ਵਾਹਿਗੁਰੂ ਕਰੇ ਇਹ ਫਿਲਮ ਸਕਰੀਨ ਹਾਂਜੀ ਹੀ ਮੈਨ ਕਲਰ ਪਹਿਲਾਂ ਲਿਖਿਆ ਹੁੰਦਾ ਸੀ ਨਾ ਪੋਸਟਰ ਦੇ ਸਾਈਡ ਤੇ ਹੀ ਮੈਨ ਕਲਰ ਜੀ ਜੀ ਓਹੋ ਵਾਹਿਗੁਰੂ ਕਰੇ ਇਸ ਸਾਲ ਦੀ ਇਹ ਫਿਲਮ ਸੁਪਰ ਡੁਪਰ ਹਿੱਟ ਹੋਵੇ ਇੱਕ ਵਧੀਆ ਫਿਲਮ ਹੋਵੇ ਹਾਂਜੀ ਚੰਗੀ ਫਿਲਮ ਇੰਡਸਟਰੀ ਨੂੰ ਦਿੱਤੀ ਜਾਵੇ ਜਿਹੜੀ ਯਾਦ ਰਵੇ ਹਨਾ ਤੇ ਮਜ਼ਾ ਆਵੇ ਮੈਨ ਇਨ ਬਲੈਕ ਕਾਲੇ ਕੱਛਿਆਂ ਵਾਲੇ ਟਾਈਟਲ ਬਹੁਤ ਘੈਂਟ ਆ ਬਹੁਤ ਘੈਂਟ ਐਨੀ ਠੰਡ ਵਿੱਚ ਕੱਛਿਆਂ ਦਾ ਕੀ ਵੀਰੇ ਇਹੀ ਤਾਂ ਸਵਾਦ ਆ ਦੇਖੋ ਇਹੀ ਤਾਂ ਮਜ਼ਾ ਆ ਵੀ ਜਦੋਂ ਗਰਮੀਆਂ 'ਚ ਤੁਸੀਂ ਕੋਟ ਪੈਂਟ ਤੇ ਜਾਕਟਾਂ ਤੇ ਕੋਟੀਆਂ ਪਾ ਕੇ ਕਰੋ ਤੇ ਸਰਦੀਆਂ 'ਚ ਤੁਸੀਂ ਕੱਛਿਆਂ ਵਾਲੀ ਫਿਲਮ ਕਰੋ ਇਹੀ ਨਜ਼ਾਰਾ ਠੀਕ ਹੈ ਭਾਜੀ ਬਹੁਤ ਵਧੀਆ ਲੱਗਿਆ ਮਿਲ ਕੇ ਥੈਂਕ ਯੂ ਭਾਜੀ ਥੈਂਕ ਯੂ ਸੋ ਮਚ ਓਕੇ